ਪੁੱਛਤਾ ਨਹੀਂ ਸਾਧਨ ਮਿਲਣਾ ਕੋਈ ਹਰਤ ਕੇਂਦਰ ਵੀ ਬੰਦ ਹੋ ਜੂ ਇਹਦੀ ਅੱਜ ਬੱਸ ਵੀ ਟੱਪ ਗਈ ਕਿਹੜਾ ਸਾਧਨ ਮਿਲੂ ਇੱਧਰੋਂ ਫਰਦ ਕੇਂਦਰ ਵੀ ਬੰਦ ਹੋ ਜੂ ਔਖਾ ਹੋ ਗਿਆ ਦੇਖਦੇ ਹਾਂ ਲੈ ਕੋਈ ਆ ਜੇ ਜੇ ਮੇਰੇ ਸਾਲੇ ਦੀ ਜਵਾਨ ਵੀ ਨਹੀਂ ਕਿਸੇ ਨਾਲ ਬੈਠਣ ਦਿੰਦੀ ਉਲਟ ਸੁਲਟ ਬੋਲੀ ਜਾਂਦੀ ਹੈ ਹਾਂ ਮੇਰੇ ਸਾਲੇ ਦੀ ਉਹ ਹੁੰਦੀ ਹੈ ਗੱਡੀ ਲੈ ਗੱਡੀ 'ਤੇ ਜਾਵਾਂਗੇ ਅੱਜ ਤਾਂ ਹਾਂ ਆਉਂਦੀ ਹੈ ਇਕੱਲੀ ਹੈ की हाल है तेरा ओए हाल केड़ा पुछदा है भाई ओए केड़ा पुछदा है हाल हाल तो मेरा यार जमी मंदा है की हो गया ओ तू गल सुना पहला मैं घरदियां नूं कहा महा मैनू गड्डी नूं पैसे दे दो अच्छा है महा मैनू गड्डी दवा दो महा चल पैसे नहीं देने मैनू चल गड्डी दवा दो चक्के आ दवाती बोर्ड मैं आईफोन लेना मां मैनू तुसी पैसे दे दो चक्के मैनू 50,000 रुपया फड़ाता दस 50,000 दा कित्थे आंदा आईफोन ਵਧੀਆ ਆਈਫੋਨ 1.5 ਲੱਖ 1.5 ਲੱਖ ਰੁਪਏ ਦਾ ਆਂਦਾ ਵਧੀਆ ਆਈਫੋਨ ਦਾ ਬਾਈ ਓਏ ਹਾਂ 1.5 ਲੱਖ ਰੁਪਏ ਦਾ ਆਂਦਾ ਆਈਫੋਨ ਵਧੀਆ 1.5 ਲੱਖ ਦਾ ਫੋਨ ਹੈ ਉਹ ਵੀ ਸ਼ੌਂਕ ਵਿੱਚੇ ਲੈ ਗਿਆ ਫਿਰ 50,000 ਦੇ ਹਿਸਾਬ ਨਾਲ ਲੱਤੇ ਬਾਈ ਫੇਰ ਸੁਣ ਮੇਰੀ ਗੱਲ ਤੂੰ ਅੱਗੇ ਫੇਰ ਮੈਂ ਘਰਦਿਆਂ ਨੂੰ ਕਿਹਾ ਮੈਂ ਮੈਨੂੰ ਪਿੱਟ ਬੁੱਲ ਦਵਾ ਦਿਓ ਪਿੱਟ ਬੁੱਲ ਕੀ ਬਾਈ ਪਿੱਟ ਬੁੱਲ ਕੁੱਤਾ ਉਹ ਦੇਖਿਆ ਨਹੀਂ ਤੂੰ ਫਿਲਮਾਂ 'ਚ ਹੁੰਦਾ ਨਾ ਕੁੱਤਾ ਵੀ ਪਿੱਟ ਬੁੱਲ ਹੁੰਦਾ ਹਾਂ 25,000-30,000 ਦਾ ਆਂਦਾ ਨਸਲ ਦਾ ਵਧੀਆ ਉਹ ਹਾਂ ਚੱਕ ਕੇ 10,000 ਰੁਪਇਆ ਫੜਾਤਾ ਉਹ ਸ਼ੌਂਕ ਵੀ ਤੈਨੂੰ ਪਤਾ ਫਿਰ ਵਿੱਚੇ ਰਹਿ ਗਿਆ ਫੇਰ ਮੈਂ ਘਰਦਿਆਂ ਨੂੰ ਕਿਹਾ ਮਹਾ ਮੈਨੂੰ 50,000 ਰੁਪਇਆ ਦੇ ਦਿਓ 50,000 ਨਾਲ ਮੇਰਾ ਵਧੀਆ ਸੌਖਾ ਲੰਘ ਜਾਂਦਾ ਮਹੀਨਾ ਮਹੀਨੇ 'ਚ 50,000 ਹਾਂ 50,000 ਨਾਲ ਮੇਰਾ ਵਧੀਆ ਸੌਖਾ ਲੰਘ ਜਾਂਦਾ ਚੱਕ ਕੇ ਉਦੋਂ ਮੈਨੂੰ 10-15,000 ਰੁਪਇਆ ਫੜਾਤਾ ਬੋਲ 10-15,000 ਰੁਪਏ ਨਾਲ ਇੰਨੇ ਦਾ ਗੱਡੀ ਤੇਲ ਪੀ ਜਾਂਦੀ ਹੈ ਯਾਰ ਤੈਨੂੰ ਹੀ ਪਤਾ ਹੋਣਾ ਭਾਈ ਪੁੱਛਣਾ ਯਾਰ ਮੇਰਾ ਤਾਂ ਐਵੇਂ ਜੀ ਕਰਦੇ ਨਾ ਵੀ ਬਸ ਕੁਛ ਖਾ ਕੇ ਮਰ ਜਾ ਮੇਰਾ ਨਾ ਓਏ ਭਾਈ ਇਹੋ ਜਿਹਾ ਕੰਮ ਨਹੀਂ ਕਰਿਆ ਕਰਦੇ ਨਾ ਨਾ ਮੇਰਾ ਤਾਂ ਬਾਈ ਜ਼ਿੰਦਗੀ ਤੋਂ ਮਨਕਿਆ ਪਿਆ ਯਾਰ ਜਮੀ ਸਾਰੀ ਦੁਖੀ ਨੇ ਤੂੰ ਬਾਈ ਐਵੇਂ ਇਹੋ ਜਿਹਾ ਕੰਮ ਨਹੀਂ ਕਰਿਆ ਕਰਦੇ ਤੂੰ ਤਾਂ ਬਹੁਤ ਨਜ਼ਾਰੇ ਲੈਣਾ ਉਹ ਕਿੱਥੇ ਨਜ਼ਾਰੇ ਬਾਈ ਸਾਡੇ ਵਰਗਿਆਂ ਨੂੰ ਪੁੱਛੇ ਨਜ਼ਾਰੇ ਆ ਉਹ ਕਿਹੜੇ ਨਜ਼ਾਰੇ ਬਾਈ ਓਏ ਚੱਲ ਯਾਰ ਅੱਜ ਤਾਂ ਥੱਕ ਗਏ ਨਿਬੜ ਗਿਆ ਕੰਮ ਚੱਲ ਚੱਲੀਏ ਮੋਟਰ ਤੇ ਪਾਣੀ ਪੂਣੀ ਪੀਏ ਹਾਂ ਨਿਬੜ ਗਿਆ ਕੰਮ ਹਾਂ ਜੀ ਨਿਬੜ ਗਿਆ ਸਾਰਾ ਨਿਬੜ ਗਿਆ ਕੰਮ ਬਣ ਗਿਆ ਹਾਂ ਜੀ ਚੱਲ ਘਰੇ ਆ ਯਾਰ ਨਾਲੇ ਰੋਟੀ ਦੇ ਜੀ ਨਾਲੇ ਆਪਦੀ ਮਜ਼ਦੂਰੀ ਲੈ ਜੀ ਠੀਕ ਹੈ ਜੀ ਚਲੋ ਤੁਸੀਂ ਆਓ ਮੈਂ ਨਾਲ ਠੀਕ ਹੈ ਜੀ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਲੈ ਜੀ ਮੁੰਡੇ ਰੋਟੀ ਦੀ ਕਿੰਨੀ ਦੇਵਾਂ ਦਿਹਾੜੀ 200 ਦੇ ਦਿਓ ਜੀ ਲਓ ਜੀ ਖੁਸ਼ ਹੈ ਆਪਾਂ ਤਾਂ ਕੁਛ ਹੀ ਦੇ ਜੀ ਬਸ ਪਰਮਾਤਮਾ ਦੀ ਕਿਰਪਾ ਹੈ अपने पढ़ता हुंदा सी ਕਿਹੜਾ ਰੀਤ ਵਾਲਾ ਹਾਂ 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 ਉਹ ਕੱਲ ਮੈਂ ਜਾਣਾ ਸੀ ਬਲਾਡੇ ਫਰਦ ਕਢਾਣ ਬਸ ਟੱਪ ਗਈ ਮੈਂ ਸੜਕ ਤੇ ਖੜਾ ਸੀ ਹੱਥ ਦੇਤਾ ਉਹਨੂੰ ਚੜਾ ਲਿਆ ਉਹਨੇ ਨਾ ਪਤੰਦਰ ਨੇ ਗੱਲੀ ਦਿਲ ਤੋੜਨ ਵਾਲੀ ਕਰਤੀਆਂ ਕਿਉਂ ਇਹ ਜੀਆਂ ਕਿਹੜੀਆਂ ਗੱਲਾਂ ਕਰਤੀਆਂ ਦਿਲ ਤੋੜਨ ਵਾਲੀ ਮੇਰੇ ਸਾਲਿਆਂ ਨੂੰ 30 ਕਿੱਲੇ ਆਉਂਦੇ ਨੇ ਅੱਛਾ ਉਹਨਾਂ ਦਾ 30 ਕਿੱਲਿਆਂ ਨਾਲ ਨਹੀਂ ਗੁਜ਼ਾਰਾ ਹੁੰਦਾ ਮੇਰੇ ਵਰਗੇ 1.5 ਕਿੱਲੇ ਵਾਲੇ ਦਾ ਕੀ ਬਣੂ ਬਾਈ ਤੂੰ ਆਪਦੇ ਤਕੜੇ ਨੂੰ ਦੇਖ ਕੇ ਕਾਹਦੋ ਜੀਨਾ ਤੂੰ ਆਪਦੇ ਤੋਂ ਨੀ ਮੈਨੂੰ ਦੇਖ ਕੇ ਜੀ ਤੂੰ ਮੈਨੂੰ ਦੇਖ ਕੇ ਜੀ ਮੈਂ ਆਪਦੇ ਤੋਂ ਛੋਟੇ ਨੂੰ ਦੇਖ ਕੇ ਜੀਉਂਗਾ ਉਹ ਤੇਰੇ ਕੋਲੇ 1.5 ਕਿੱਲਾ ਤਾਂ ਹੈਗਾ ਮੇਰੇ ਕੋਲੇ ਤਾਂ 1.5 ਕਿੱਲਾ ਵੀ ਨਹੀਂ ਤੂੰ ਪਤੰਦਰ ਆਉਂਦਾ ਉਦਾਸ ਹੋ ਗਈ ਜਾਨਾ ਤੇਰੀ ਸਿਆਣੀ ਆ ਮੈਂ ਤਾਂ ਉਹ ਦਿਲ ਤੇ ਲਾ ਗਿਆ ਸਾਰਾ ਕੁਝ ਯਾਰ ਪੈਸਾ ਤਾਂ ਨਹੀਂ ਹੁੰਦਾ ਬੰਦੇ ਦਾ ਦਿਲ ਦਰਿਆ ਹੋਣਾ ਚਾਹੀਦਾ ਹੈ ਇਹਦਾ ਪੈਸਾ ਤਾਂ ਕਮਾ ਲਾਂਗੇ ਸਾਰਾ ਕੁਝ ਪੈਸਾ ਤਾਂ ਨਹੀਂ ਹੁੰਦਾ ਸਹੀ ਗੱਲ ਹੈ ਬਈ ਤੇਰੀ ਆ ਜਾ ਆਪਾਂ ਚੱਲੀਏ ਘਰ ਨੂੰ ਮੈਂ ਨਾ ਉਦਾਸ ਹੋਇਆ ਕਰ ਤੂੰ ਚੱਲ ਚੱਲ ਇੱਥੇ ਨਹੀਂ ਰਹਿ